ਜ਼ਿਲ੍ਹਾ ਪ੍ਰਧਾਨ ਪੰਜਾਬ ਸਿੱਖਿਆ ਵਿਭਾਗ ਮਿਨਿਸਟਰੀਅਲ ਸਟਾਫ ਜ਼ਿਲ੍ਹਾ ਜੂਨੀਅਰ ਹੁਸ਼ਿਆਰਪੁਰ ਤੋਂ। ਸਰਕਾਰ ਸਾਨੂੰ ਗਰੰਟੀਆਂ ਦੇ ਕੇ ਸੱਤਾ ਵਿੱਚ ਆਈ ਸੀ ਕਿ ਤੁਹਾਡੀ ਪਹਿਲ ਦੇ ਆਧਾਰ 'ਤੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਤੁਹਾਡੇ ਲਟਕਦੇ ਮਸਲੇ ਜਿਹੜੇ ਆ ਉਹ ਹੱਲ ਕਰਾਂਗੇ। ਤੁਸੀਂ ਦੇਖੋ, ਡੇਢ ਸਾਲ ਤੋਂ ਸਰਕਾਰ ਸਾਨੂੰ DA ਦੀ ਕਿਸ਼ਤ ਨਹੀਂ ਦੇ ਰਹੀ, ਬਾਕੀ ਸੂਬਿਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਆ। ਜਿਹੜਾ ਸਾਡਾ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਆ, ਇਹਨਾਂ ਤੋਂ ਬਾਅਦ ਸਰਕਾਰ ਬਣੀ, ਇਹਨਾਂ ਤੋਂ ਬਾਅਦ ਵਿੱਚ ਕਾਂਗਰਸ ਦੀ, ਉਹਨਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਆ। ਉਹਨਾਂ ਨੇ ਕਰਮਚਾਰੀਆਂ ਦੇ GPF ਫੰਡ ਜਿਹੜੇ ਆ ਉਹ ਵੀ ਕੱਟਣੇ ਸ਼ੁਰੂ ਕਰ ਦਿੱਤੇ ਆ। ਪਰ ਸਾਡੀ ਸਰਕਾਰ ਡੇਢ ਸਾਲ ਤੋਂ ਦੇਖ ਲਓ ਮੁਲਾਜ਼ਮਾਂ ਨੂੰ ਹਰਾਸ ਕਰ ਰਹੀ ਆ, ਸਿੱਧੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਸ਼ੋਸ਼ਣ ਕਰ ਰਹੀ ਹੈ ਸਰਕਾਰ। ਸਾਡੇ ਮੁਲਾਜ਼ਮ ਸਿਵਲ ਸਕੱਤਰੇ ਚੰਡੀਗੜ੍ਹ ਦੇ, ਤੁਸੀਂ 28 ਤਰੀਕ ਨੂੰ ਦੇਖਿਆ ਹੋਣਾ ਵਾ ਪ੍ਰੈਸ ਵਿੱਚ, ਕਿ ਬਾਲਕੋਨੀਆਂ ਵਿੱਚ ਖੜ੍ਹ ਕੇ ਭਗਵੰਤ ਮਾਨ ਦੇ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਆ। ਜਦੋਂ ਭਗਵੰਤ ਮਾਨ, ਸਰਦਾਰ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਜਦੋਂ ਸਿਵਲ ਸਕੱਤਰੇਟ ਵਿਖੇ ਆਏ ਸੀ ਅਤੇ ਮੁਲਾਜ਼ਮਾਂ ਨੇ ਉਹਨਾਂ ਦਾ ਜਿੰਦਾਬਾਦ ਦੇ ਨਾਅਰੇ ਲਾ ਕੇ ਸਵਾਗਤ ਕੀਤਾ ਸੀ, ਹੁਣ ਤੁਸੀਂ ਦੇਖੋ ਕਿ ਡੇਢ ਸਾਲ ਬਾਅਦ ਉਹ ਜਿੰਦਾਬਾਦ ਦੇ ਨਾਅਰੇ ਮੁਰਦਾਬਾਦ 'ਚ ਕਿਉਂ ਬਦਲ ਗਏ? ਸਰਕਾਰ ਦੀਆਂ ਕਮੀਆਂ ਨੇ। ਤੋ ਸਰ, ਇਹ ਆ ਕਿ PSMSU ਜਿਹੜੀ ਸਾਡੀ ਸੂਬਾ ਕਮੇਟੀ ਆ, 8 ਨਵੰਬਰ 2023 ਤੋਂ ਮੁਕੰਮਲ ਕਲਮ ਛੋੜ, ਕੰਪਿਊਟਰ ਬੰਦ ਹੜਤਾਲ 'ਤੇ ਆ। ਸਰਕਾਰ ਪਤਾ ਨਹੀਂ ਅੰਨੀ ਆ ਕਿ ਗੂੰਗੀ ਆ ਕਿ ਉਹਨਾਂ ਨੂੰ ਦੇਖ ਨਹੀਂ ਰਿਹਾ ਨਾ ਸੁਣਾਈ ਦੇ ਰਿਹਾ, ਅਤੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਸਰਕਾਰ। ਦੇਖੋ, ਇਹ ਸਰਕਾਰ ਕਹਿ ਰਹੀ ਸੀ ਕਿ ਅਸੀਂ ਆਮ ਘਰਾਂ ਦੇ ਹਾਂ, ਅਸੀਂ ਬਦਲਾਅ ਕਰਾਂਗੇ। ਤੁਸੀਂ ਦੇਖੋ ਕੀ ਇਹਨਾਂ ਨੇ ਬਦਲਾਅ ਕੀਤਾ, ਸਿਰਫ ਐਡਵਰਟਾਈਜ਼ਮੈਂਟ ਨਾਲ ਬਦਲਾਅ ਨਹੀਂ ਹੁੰਦਾ ਸਰ, ਕੁਛ ਕਰਕੇ ਦਿਖਾਉਣਾ ਪੈਂਦਾ ਵਾ। ਜਿਹੜੀਆਂ ਤੁਸੀਂ ਗਰੰਟੀਆਂ ਦਿੱਤੀਆਂ ਸੀ ਘੱਟੋ ਘੱਟ ਉਹ ਤਾਂ ਪੂਰੀਆਂ ਕਰੋ। ਅਸੀਂ ਇਹ ਨਹੀਂ ਕਹਿੰਦੇ ਸਾਰੇ ਮਸਲੇ ਹੱਲ ਕਰੋ, ਸਟੈਪ ਬਾਈ ਸਟੈਪ ਤਾਂ ਕਰੋ, PSMSU ਨੂੰ ਬੁਲਾਓ ਤਾਂ ਸਹੀ, ਟੇਬਲ ਟੋਕ ਤਾਂ ਕਰੋ, ਪਰ ਸਰਕਾਰ ਵੱਲੋਂ ਕੁਛ ਨਹੀਂ ਇੱਦਾਂ ਦਾ ਕਰ ਰਿਹਾ। ਅੜੀਆ ਰੁੱਖ ਬਣਾਇਆ ਹੋਇਆ ਸਰਕਾਰ ਨੇ। ਹਾਂਜੀ, ਇਹੀ ਮੰਗ ਕਰਦੇ ਹਾਂ ਕਿ ਸਰਕਾਰ ਸਾਡੀ PSMSU ਨੂੰ ਬੁਲਾਵੇ, ਬੈਠ ਕੇ ਮਸਲੇ ਦਾ ਹੱਲ ਹੋਣਾ ਜੀ, ਇੱਦਾਂ ਮਸਲਾ ਹੱਲ ਨਹੀਂ ਹੋਣਾ, ਇਹ ਆਰ ਪਾਰ ਦੀ ਲੜਾਈ ਆ, ਸੰਘਰਸ਼ ਇੱਦਾਂ ਜਾਰੀ ਰਹੂਗਾ। ਇਹ ਜਿਹੜੇ ਪੰਜਾਬ ਦੇ ਸਾਰੇ ਹੀ ਦਫ਼ਤਰਾਂ ਦੇ ਮਿਨਿਸਟਰੀਅਲ ਮੁਲਾਜ਼ਮ, ਜਿਹੜੇ ਦਫ਼ਤਰੀ ਕਰਮਚਾਰੀ ਕਲੈਰੀਕਲ ਸਟਾਫ, ਉਹਨਾਂ ਦੀ ਇੱਕੋ ਇੱਕ ਜਥੇਬੰਦੀ ਆ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ, ਜਿਹਦੀ ਕਾਫੀ ਡਿਮਾਂਡਸ ਪੈਂਡਿੰਗ ਹੈ। ਇਹ ਜਿਹੜੀ ਜਥੇਬੰਦੀ ਅੱਜ ਸਮੁੱਚੇ ਮੁਲਾਜ਼ਮ ਵਰਗ ਦੀ ਲੜਾਈ ਦੇ ਲਈ, ਸਾਂਝੀਆਂ ਮੰਗਾਂ ਦੇ ਉੱਤੇ ਲੜਾਈ ਲੜ ਰਹੀ ਆ। ਅਸੀਂ ਪੰਜਾਬ ਸਰਕਾਰ ਨੂੰ ਨੋਟਿਸ ਦਿੱਤੇ ਸੀ ਕਿ ਸਾਡੇ ਨਾਲ ਗੱਲ ਕਰੋ, ਸਾਡਾ ਤੁਸੀਂ DA 12% ਘੱਟ ਦੇ ਰਹੇ ਹੋ, ਸਾਡਾ ਪੇ ਕਮਿਸ਼ਨ ਦਾ ਏਰੀਆ ਰੱਖਿਆ ਹੋਇਆ, ਸਾਡੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਗੱਲ ਤੁਸੀਂ ਨਹੀਂ ਕਰ ਰਹੇ, ਸਾਡੀ ਟਾਈਪ ਟੈਸਟ ਨੂੰ ਕੰਪਿਊਟਰ ਟ੍ਰੇਨਿੰਗ 'ਚ ਬਦਲ ਨਹੀਂ ਰਹੇ, ਸਾਡੇ ਨਵੇਂ ਮੁਲਾਜ਼ਮਾਂ ਨੂੰ ਤੁਸੀਂ 3 ਸਾਲ ਦੀ ਪ੍ਰੋਬੇਸ਼ਨ ਪੀਰੀਅਡ 'ਤੇ ਤਨਖਾਹ ਦੇ ਰਹੇ ਹਾਂ, ਨਵੀਂ ਭਰਤੀ 17/7/20 ਤੋਂ ਬਾਅਦ ਜਿਹੜੇ ਭਰਤੀ ਹੋਏ ਮੁਲਾਜ਼ਮ ਉਹਨਾਂ ਨੂੰ ਸੈਂਟਰਲ ਪੈਟਰਨ 'ਤੇ ਤਨਖਾਹ ਦਿੱਤੀ ਜਾ ਰਹੀ ਆ। ਇਹ ਸਾਰੀਆਂ ਡਿਮਾਂਡਸ ਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਦਿੱਤਾ ਸੀ, ਉਹਨਾਂ ਵੱਲੋਂ ਅੱਜ ਮੁਲਾਜ਼ਮਾਂ ਨੂੰ ਗੋਲੀਆਂ ਕੀਤਾ ਜਾ ਰਿਹਾ, ਜਿਹਦੇ ਕਰਕੇ ਅਸੀਂ ਸਾਰੇ ਸੰਘਰਸ਼ ਕਰ ਰਹੇ ਹਾਂ। ਇਸ ਵੱਲ ਕੋਈ ਧਿਆਨ ਨਹੀਂ ਆ ਰਿਹਾ, ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ, ਇਸ ਕਰਕੇ ਜਿਹੜਾ ਤੁਸੀਂ ਰਸਤਾ ਤਿਆਰ ਕੀਤਾ ਬਿਲਕੁਲ ਸਹੀ ਹੈ, ਬਿਲਕੁਲ ਵਧੀਆ, ਇਸ ਨੂੰ ਹੋਰ ਗਰਮ ਕਰੋ, ਰਿਜ਼ਲਟ ਤੁਹਾਡੇ ਸਾਹਮਣੇ ਜ਼ਰੂਰ ਆਉਣਗੇ, ਅਸੀਂ ਤੁਹਾਡੇ ਨਾਲ ਹਾਂ, ਰਿਚਾਰੀ ਤੁਹਾਡੇ ਨਾਲ ਨੇ, ਕੁਝ ਐਸੇ ਸਾਥੀ ਜਿਨ੍ਹਾਂ ਨੂੰ ਅਜੇ ਅਪਰੋਚ ਨਹੀਂ ਕੀਤਾ ਗਿਆ, ਤਾਂ ਤੁਹਾਡੀਆਂ ਖਬਰਾਂ ਆ ਰਹੀਆਂ ਨੇ, ਤਾਂ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਅਤੇ ਆਪਣੀ ਮੂਵਮੈਂਟ ਜਿਹੜੀ ਆ, ਆਪਣਾ ਜਿਹੜਾ ਬਣ ਗਿਆ ਟੈਂਪੂ ਬਣ ਗਿਆ, ਇਹ ਗੱਲ ਵੱਖਰੀ ਆ ਕਿ ਸਾਡੇ ਥੋੜ੍ਹੇ ਕਰਮਚਾਰੀ ਨੇ, ਉਹ ਫਿਰ ਵੀ ਦਫ਼ਤਰ ਟੋਟਲੀ ਬੰਦ ਨੇ, ਸਰਕਾਰ ਦੇ ਕੰਮ ਠੱਪ ਨੇ,
ਸਰਕਾਰ ਤੁਹਾਨੂੰ ਮੈਨੂੰ ਲੱਗਿਆ ਕਿ ਮੈਂ ਦੇਖਿਆ ਸੀ ਕੱਲ੍ਹ ਕਿ ਸੈਕਟਰੀਏਟ ਦੇ ਵਿੱਚ ਖਹਿਰਾ ਸਾਹਿਬ ਨੇ ਖਹਿਰਾ ਹੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਆਪਣਾ ਮੁਫਾਦ ਨਹੀਂ ਚਾਹੁੰਦੇ, ਅਸੀਂ ਜਿਹੜੇ ਰੀੜ ਦੇ ਲੋਕ ਕੰਮ ਕਰ ਰਹੇ ਨੇ ਉਹਨਾਂ ਦਾ ਸਾਡੇ 'ਤੇ ਪ੍ਰੈਸ਼ਰ ਆ, ਇਸ ਕਰਕੇ ਉਹ ਲੋਕਾਂ ਦੀ ਵੀ ਗੱਲ ਸੁਣੀ ਜਾਵੇ। ਸੋ ਦੋਸਤੋ, ਇਹ ਸਾਰੀ ਬੇਈਮਾਨੀ ਜਿਹੜੀ ਕੀਤੀ ਆ ਉਹ ਮਨਪ੍ਰੀਤ ਬਾਦਲ ਦੀ ਆ। ਜੇਕਰ ਇਹ ਸਰਕਾਰ ਤੁਹਾਡੀ ਗੱਲ ਨਹੀਂ ਸੁਣਦੀ ਤੇ ਆਉਣ ਵਾਲੇ ਕੁਛ ਸਮੇਂ ਵਿੱਚ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਮੇਰੇ 2 ਸਾਲ ਮੈਂ ਜਿੱਤੇ ਆ, ਮੇਰੇ 5 ਸਾਲ ਅਜੇ ਪਏ ਆ, 5 ਸਾਲ ਮੈਨੂੰ ਕੋਈ ਚਿੰਤਾ ਨਹੀਂ, ਪਰੰਤੂ ਅਗਲੇ ਸਾਲ ਜਨਵਰੀ ਫਰਵਰੀ ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਨੇ। ਇਸ ਕਰਕੇ ਤੁਹਾਡੀ ਇਹ ਡਿਊਟੀ ਬਣਦੀ ਹੈ ਕਿ ਜਿੰਨੀ ਦੇਰ ਤੱਕ ਸਰਕਾਰ 100% DA ਨਹੀਂ ਦਿੰਦੀ, ਜਿੰਨੀ ਦੇਰ ਤੱਕ ਰਿਟਾਇਰੀ ਕਰਮਚਾਰੀ ਜਿਹੜੇ 1-1-16 ਤੋਂ ਬਾਅਦ ਹੋਏ ਨੇ ਉਹਨਾਂ ਦੀ ਰਿਵਾਜ਼ ਕਿਹੜੇ ਫਿਰ ਚਲਾਉਣੀ ਹੁੰਦੀਆਂ, ਖਾਸ ਕਰਕੇ ਕਿ ਸਾਡੇ ਵਿੱਚ ਜਾਂ ਤੁਹਾਡੇ ਵਿੱਚ ਕੇਵਲ 10-15% ਲੋਕ ਉਹ ਨੇ ਜਿਨ੍ਹਾਂ ਦੀ 5 ਸਾਲ ਦੀ ਸੇਵਾ, ਜਿਨ੍ਹਾਂ ਦੀ 10 ਸਾਲ ਦੀ ਸੇਵਾ, 5-7 ਸਾਲ ਦੀ ਸੇਵਾ ਰਹਿ ਗਈ ਆ। ਬਾਕੀ 80% ਜਿਹੜੇ ਸਾਡੇ ਸਾਥੀ ਨੇ ਉਹ ਪੁਰਾਣੀ ਪੈਨਸ਼ਨ ਦੇ ਅੰਦਰ ਆਉਂਦੇ ਨੇ। ਸੋ ਜੇਕਰ ਅਸੀਂ 25-30-40 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਘਰ ਚਲ ਜਾਂਦੇ ਹਾਂ ਤੇ ਸਾਡੇ ਕੋਲ ਕੁਛ ਨਹੀਂ ਹੈ ਦੋਸਤੋ, ਸਾਡੀ ਜਿਹੜਾ ਭਵਿੱਖ ਹੈ ਬੁਢਾਪਾ ਜਿਹੜਾ ਨਾ ਉਹ ਬੜਾ ਔਖਾ ਗੁਜ਼ਰੇਗਾ। ਇਸ ਕਰਕੇ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ